ਤਰਨ ਤਰਨ ਦੇ ਅਨਾਜ ਦੇ ਗੋਦਾਮਾਂ ਦੇ ਅੱਗੇ ਮਜ਼ਦੂਰ ਯੂਨੀਅਨ ਵਾਲਿਆਂ ਨੇ ਧਰਨਾ ਲਗਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਵਹੀਕਲ ਅੰਦਰ ਜਾਣ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਵਹੀਕਲ ਬਾਹਰ ਆਉਣ ਦਿੱਤਾ ਜਾਵੇਗਾ। ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮਜ਼ਦੂਰਾਂ ਦੇ ਨਾਲ ਕੀਤੇ ਗਏ ਵਾਅਦੇ ਤੋਂ ਮੁਕਰਨ ਦੇ ਸੰਬੰਧੀ ਮਜ਼ਦੂਰਾਂ ਦੇ ਵੱਲੋਂ ਇਹ ਧਰਨਾ ਦਿੱਤਾ ਗਿਆ। ਜੋ ਐਫ ਸੀ ਆਈ ਲੈਵਲ ਪੇਮੈਂਟ ਹੁੰਦੀ ਹੈ ਸਾਨੂੰ ਪੇਮੈਂਟ ਕੀਤੀ ਜਾਵੇ, ਸਾਡਾ ਠੇਕੇਦਾਰੀ ਸਿਸਟਮ ਜਿਹੜਾ ਬੰਦ ਕੀਤਾ ਜਾਵੇ। ਸਾਡੇ ਕੈਪਟਨ ਸਾਹਿਬ ਨੇ 2016 ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਦਾਣਾ ਮੰਡੀ ਕਿ ਮੈਨੂੰ ਵੋਟਾਂ ਪਾਓ, ਮੈਂ ਜਦੋਂ ਕਾਮਯਾਬ ਹੋ ਜਾਊਂਗਾ ਅਤੇ ਏਜੰਸੀਆਂ ਦੀ ਲੇਬਰ ਨੂੰ ਸਿੱਧੀ ਪੇਮੈਂਟ ਕੀਤੀ ਜਾਊਗੀ ਅਤੇ ਜਿਹੜੀ ਹੁਣ ਸਾਨੂੰ ਨਹੀਂ ਪੇਮੈਂਟ ਕਰ ਰਿਹਾ ਵਾਅਦੇ ਤੋਂ ਮੁੱਕਰ ਗਿਆ ਜੀ, ਨਹੀਂ ਕਰੇਗਾ ਜੀ ਕੰਮ ਸਾਡਾ ਬੰਦ ਆ ਜੀ। ਅਸੀਂ ਨਾ ਅੰਤੇ ਜਾਣ ਦਿੰਦੇ ਹਾਂ ਅਤੇ ਨਾ ਅੰਤੇ ਕੰਮ ਕੰਮ ਇੰਨਾ ਜਾਰੀ ਰਹੂਗਾ ਜਿੰਨਾ ਚਿਰ ਸਾਨੂੰ ਸਾਡੀ ਸਰਕਾਰ ਮੰਗਾਂ ਨਹੀਂ ਮੰਨਦੀ ਅਤੇ ਸਾਡਾ ਕੰਮ ਜਾਰੀ ਰਹੂਗਾ। ਹੋ ਸਕੇ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਅਤੇ ਟ੍ਰੇਨ ਵੀ ਰੋਕਾਂਗੇ ਜੇ ਸਾਡਾ ਵਾਅਦਾ ਨਾ ਪੂਰਾ ਕੀਤਾ ਗਿਆ। ਅਸੀਂ ਇਸ ਦਾ ਕੰਮ ਕਰਾਂਗੇ। ਅਸੀਂ ਡੀ ਐਸ ਪੀ ਨੂੰ ਮਿਲੇ ਹਾਂ ਜੀ, ਡੀ ਸੀ ਕੋਲ ਵੀ ਮੰਗ ਪੱਤਰ ਚਲ ਗਿਆ ਜੀ, ਸਾਡੀ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ। ਓਕੇ, ਪੰਜਾਬ ਪ੍ਰਦੇਸ਼ ਗੱਲਾਂ ਮਜ਼ਦੂਰ ਦੀਆਂ ਕਾਰਨ ਲਾਇਆ ਵੀ ਠੇਕੇਦਾਰ ਸਾਡੇ ਨਾਲ ਵਾਅਦੇ ਕੀਤੇ ਕੈਪਟਨ ਸਰਕਾਰ ਨੇ ਵੀ ਤੁਹਾਡੀ ਠੇਕੇ ਦਾ ਸ਼ਰਮ ਖਤਮ ਕਰਾਂਗੇ, ਵਾਅਦੇ ਕਰਕੇ ਫਿਰ ਵਾਅਦਾ ਕੋਈ ਨਹੀਂ ਪੂਰਾ ਕੀਤਾ। ਅੱਛਾ, ਅਸੀਂ ਤਾਂ ਨਾ ਮਾਰਿਆ ਹੋਇਆ ਕਰਕੇ ਕਿ ਠੇਕੇ ਦਾ ਜਾਵੇ ਤਾਂ ਟੈਂਡਰ ਤਾਂ ਨਹੀਂ ਦੇਣ ਅਤੇ ਨਹੀਂ ਸਿੱਧਾ ਲੇਬਰ ਨੂੰ ਪੇਮੈਂਟ ਹੋਊਗੀ। ਅੱਛਾ ਜੀ, ਸਾਰੇ ਬੰਦ ਹੈ, ਸਾਰੇ ਬੰਦ ਹੈ, ਠੇਕਾ ਗਲਤ ਹੋਇਆ ਜੀ। ਬਹੁਤ ਕਰਕੇ ਟੈਂਡਰ ਲਿਆ ਉਹਨੇ, ਤੁਹਾਨੂੰ ਕੀ ਦਊਗੀ ਆਪ ਕੀ ਦਊਗੀ। ਅੱਛਾ, ਉਹ 420 ਦੇ ਅੰਦਰ ਹੋਣਾ ਚਾਹੀਦੀ ਆ, ਉਹਨੇ ਟੈਂਡਰ ਗਲਤ ਭਰਤੇ ਬਹੁਤ ਕਰਕੇ। ਅਤੇ ਅਸੀਂ ਆਪ ਕੰਮ ਜਿਹੜਾ ਸਰਕਾਰ ਸਾਨੂੰ ਵੀ ਸਾਡਾ ਕੰਮ ਦੇਵੇ ਅਤੇ ਅਸੀਂ ਕੰਮ ਕਰਾਂਗੇ। ਪਰ ਸਰਕਾਰ ਦੀ ਨੀਤੀ ਸੀਗੀ ਵੀ ਓਪਨ ਟੈਂਡਰ ਸਿਸਟਮ ਦੇ ਵਿੱਚ ਕੋਈ ਵੀ ਟੈਂਡਰ ਜਿਹੜਾ ਸਾਡਾ ਪਾ ਸਕਦਾ ਸੀ ਕਿਸੇ ਵੀ ਸਰਕਾਰੀ ਮਹਿਕਮੇ ਦਾ, ਅਤੇ ਉਹਦੇ ਵਿੱਚ ਇਹਨਾਂ ਨੇ ਸ਼ਾਇਦ ਟੈਂਡਰ ਨਹੀਂ ਸੀ ਪਾਏ ਅਤੇ ਫਿਰ ਜਿਹੜੇ ਇੱਕ ਟੈਂਡਰ ਨੇ ਟੈਂਡਰ ਪਾਏ ਸੀ ਉਹਨਾਂ ਨੂੰ ਟੈਂਡਰ ਜਿਹੜਾ ਉਹ ਬਿਡਿੰਗ ਦੇ ਰੇਟ 'ਤੇ ਜੋ ਨੈਗੋਸ਼ੀਏਸ਼ਨ ਬਾਅਦ ਹੋਇਆ ਹੋਵੇਗਾ ਟੈਂਡਰਿੰਗ ਕਮੇਟੀ ਨੇ ਅਲੋਟ ਕਰ ਦਿੱਤਾ। ਹੁਣ ਇਹਨਾਂ ਦਾ ਰੋਸ ਇਹ ਆ ਵੀ ਅਸੀਂ ਟੈਂਡਰ ਸਿਸਟਮ ਦੇ ਵਿੱਚ ਕੰਮ ਕਰਨਾ ਹੀ ਨਹੀਂ ਅਤੇ ਨਾ ਅਸੀਂ ਕੰਮ ਆਪ ਕਰਾਂਗੇ ਕਿਸੇ ਦੇ ਥੱਲੇ, ਨਾ ਹੀ ਅਸੀਂ ਆਪਣਾ ਕੰਮ ਕਿਸੇ ਨੂੰ ਕਰਨ ਦਿਆਂਗੇ ਕਿਉਂਕਿ ਕਿਸੇ ਗੱਲਾਂ ਮਜ਼ਦੂਰ ਯੂਨੀਅਨ ਪਿਛਲੇ 40 ਸਾਲ ਦੇ ਵਿੱਚ ਕੰਮ ਕਰ ਰਹੀ ਹੈ ਉਹਦੇ ਰੋਸ ਵਜੋਂ ਵੀ ਇਹਨਾਂ ਨੇ ਸਾਰਾ ਕੰਮ ਕਰਦਾ ਹੈ, ਉਹ ਮੰਨ ਕੀਤਾ ਹੈ, ਸਟ੍ਰਾਈਕ ਕੀਤੀ ਹੈ। ਜੋ ਸਰਕਲ ਆਫਿਸ ਤੋਂ ਸਾਨੂੰ ਪਤਾ ਲੱਗਿਆ ਉਹ ਕੋਈ ਮੈਡਮ ਸੋਨੀਆ ਨੇ ਉਹਨਾਂ ਨੂੰ ਟੈਂਡਰ ਅਲੋਟ ਹੋਇਆ ਅਤੇ ਉਹਨਾਂ ਨੇ ਆਉਣਾ, ਹੁਣ ਕੰਮ ਸ਼ੁਰੂ ਜੋ ਹੋਏਗਾ ਉਹ ਆਉਂਦੇ ਆ ਅਤੇ ਉਹਨਾਂ ਨੂੰ ਕਹਿੰਦੇ ਨੇ ਆਪਣੀ ਜਗ੍ਹਾ ਲਿਆ ਕੰਮ ਸ਼ੁਰੂ ਕਰਾਓ। ਹਾਂਜੀ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ, ਉਹਨਾਂ ਨੇ ਆਪਣਾ ਪ੍ਰਬੰਧ ਕਰਕੇ ਅਤੇ ਫਿਰ ਹੀ ਉਹਨਾਂ ਨੇ ਟੈਂਡਰ ਪਾਇਆ ਹੋਊਗਾ। ਉਹਨਾਂ ਨੂੰ ਪਤਾ ਹੀ ਹੋਏਗਾ ਕਿ ਲੇਬਰ ਤਾਂ ਲਿਆਉਣੀ ਪਏਗੀ ਜੇ ਜਾਂ ਇਸ ਲੇਬਰ ਨਾਲ ਉਹਨਾਂ ਦੀ ਕੋਈ ਰੈਗੂਮੈਂਟ ਹੋ ਜੇ ਰੇਟ ਦਾ, ਜੇ ਨਹੀਂ ਹੁੰਦਾ ਫਿਰ ਉਹਨਾਂ ਨੂੰ ਲੇਬਰ ਆਪਣੇ ਕੋਲ ਲਿਆਉਣੀ ਪਏਗੀ। ਅਤੇ ਸਰ ਇਹ ਹੋ ਸਕਦਾ ਕਿ ਜਿਵੇਂ ਹੋ ਜਾਵੇ ਕਣਕ ਰੁਕੀ ਪਈ ਆ, ਲੋਕਾਂ ਨੂੰ ਕਣਕ ਚਾਹੀਦੀ ਆ, ਪਰ ਉਹ ਸਰਕਾਰ ਨੂੰ ਪੁੱਛਣ ਦੀ ਗਲਤ ਹੈਗੀ ਹੈ ਕਿ ਇਹਨਾਂ ਦਾ ਰੋਸ ਵਾ ਤਾਂ ਕਣਕ ਬਾਹਰ ਜਾਂਦੀ ਨਹੀਂ ਪਈ, ਅਤੇ ਫਿਰ ਕਿਸ ਤਰ੍ਹਾਂ ਸਰ ਚੱਲੇਗਾ ਜੀ? ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਇਰ ਅਥੋਰਟੀਜ਼ ਦੇ ਧਿਆਨ ਵਿੱਚ ਨੇ, ਤਰਨ ਤਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।